ਲਓ ਜੀ ਸੱਜਣਾ, ਪੂਰ ਬਿਲਕੁਲ ਰੈਡੀ ਹੈ ਜੀ। ਇਹ ਵੇਖੋ ਜੀ, ਮਾਸ਼ਾਅੱਲਾ ਜ਼ਬਰਦਸਤ। ਅਤੇ ਹੁਣ ਜਨਾਬ ਇਹਨਾਂ ਇੱਥੋਂ ਕੱਢ ਕੇ ਇੱਧਰੋਂ ਅੱਗ ਇਹਨਾਂ ਜਨਾਬ ਬਾਲਣੀ ਬੰਦ ਕਰ ਦਿੱਤੀ ਜੀ, ਕਿਉਂਕਿ ਹੁਣ ਇਹਦੇ ਸੜਨੇ ਦੇ ਚਾਂਸ ਆ। ਗੁੜ ਬਣਾਉਣ ਦੇ ਵਿੱਚ ਸਭ ਤੋਂ ਅਹਿਮ ਮਰਲਾ ਇਹ ਹੈ, ਇੱਥੇ ਜਨਾਬ ਪੱਤ ਕੀ ਆਉਂਦੇ ਹੋ ਬਈ, ਪੱਤ ਚੜ੍ਹ ਵੀ ਪੈਂਦੀ ਅਤੇ ਪੱਤ ਨੀ ਉੱਚੀ ਨੀਵੀਂ ਆਉਂਦੇ ਹੋ ਜੀ, ਇੱਥੇ ਦੀ ਰੰਗਤ ਬਣਦੀ। ਅੱਛਾ ਅੱਛਾ ਅੱਛਾ, ਸਹੀ ਹੈ। ਉਹ ਜੀ ਆਪਣੀ ਜ਼ਬਾਨ ਵਿੱਚ ਆਦਨ ਜੀ, ਇਹ ਪੱਤ ਚੜ ਗਈ ਜਾਂ ਆ ਪੱਤ ਉੱਚੀ ਰਹਿ ਗਈ ਅਤੇ ਆ ਨੀਵੀਂ ਰਹਿ ਗਈ, ਮਤਲਬ ਅਸੀਂ ਸਾਦਾ ਜ਼ਬਾਨ 'ਚ ਆਖ ਲਈਏ ਕਿ ਕੱਚਾ ਪੱਕਾ ਰਹਿ ਪੈਂਦਾ ਜਾਂ ਸੜ ਪੈਂਦਾ ਅਤੇ ਜਾਂ ਕੱਚਾ ਰਹਿ ਪੈਂਦਾ। ਬਹਰਲ ਬੜਾ ਐਕਸਪਰਟ ਬੰਦਾ ਜਿਹੜਾ ਉਹ ਇਸ ਰਿਵੈਸ ਸਟੇਜ 'ਤੇ ਆ ਕੇ ਕਵਰ ਕਰਦਾ ਔਰ ਤਰੀਕੇ ਨਾਲ ਕਵਰ ਕਰਦਾ। ਇਹ ਜਨਾਬ ਤੁਹਾਡੇ ਸਾਹਮਣੇ ਸਾਰਾ ਇਹ ਜਨਾਬ ਇੱਧਰੋਂ ਕੱਢ ਕੇ ਇੱਥੇ ਜਨਾਬ ਨਾ ਇਸ ਨੂੰ ਕੀ ਕਹਿ ਰਹੇ ਹੋ ਜੀ, ਜਿਵੇਂ ਕੁਆਰਿਆਂ ਦਾ ਦਿਲ ਕੱਚਾ ਪੱਕਾ ਹੁੰਦਾ ਰਹਿੰਦਾ। ਵਾਕਈ ਜੀ ਇਸ ਤਰ੍ਹਾਂ ਇੱਦਾਂ ਵੀ ਕੱਚਾ ਪੱਕਾ ਰਹਿਣ ਦੇ ਨਾ ਚਾਂਸ ਹੁੰਦੇ ਨੇ। ਇਹ ਜਨਾਬ ਬੜੀ ਹੀ ਮਹਾਰਤ ਦੇ ਨਾਲ ਉਸ ਕੜਾਹ ਦੇ ਵਿੱਚੋਂ ਕੱਢ ਕੇ ਇੱਧਰ ਇਸ ਨੂੰ ਰੱਖਿਆ ਜਾ ਰਿਹਾ। ਇਹ ਤੁਹਾਡੇ ਸਾਹਮਣੇ ਹੁਣ ਜਨਾਬ ਇਹ ਛਾਣਨੇ ਦੇ ਨਾਲ ਜਿਹੜਾ ਬਕਾਇਆ ਰਹਿ ਗਿਆ ਸੀ ਉਹ ਕੱਢਿਆ ਜਾ ਰਿਹਾ। ਇਹ ਦੋ ਕਿਸਮ ਦੇ ਹਥਿਆਰ ਹਨ ਜੀ ਇਹਨਾਂ ਕੋਲ, ਇੱਕ ਆ ਡੋਰਾ ਅਤੇ ਦੂਜੀ ਛਾਣਨੀ। ਜਦੋਂ ਜ਼ਿਆਦਾ ਸੀ ਉਦੋਂ ਡੋਰੇ ਨਾਲ ਕੱਢਿਆ ਅਤੇ ਜਦੋਂ ਜਨਾਬ ਕੰਮ ਰਹਿ ਗਿਆ ਉਦੋਂ ਛਾਣਨੀ ਮਾਰੀ। ਇੰਤਹਾਈ ਮਹਾਰਤ ਦੇ ਨਾਲ ਜਨਾਬ ਗੁੜ ਨੂੰ ਉਸ ਕੜਾਹ ਦੇ ਵਿੱਚੋਂ ਇਹਦੇ ਆਥਰੇ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ। ਇਹ ਹੁਣੇ ਜਨਾਬ ਇਹਨਾਂ ਜਦੋਂ ਇਹ ਖਤਮ ਹੋ ਜਾਣਾ ਉੱਤੋਂ ਪਿੱਛੋਂ ਇਹਨਾਂ ਪਿਛਲੇ ਪੂਰ ਵਾਸਤੇ ਜਿਹੜੀ ਰੋਹ ਹੈ ਉਹ ਇਹਨਾਂ ਛੱਡ ਦੇਣੀ ਇਹਦੇ ਵਿੱਚ ਅਤੇ ਫਿਰ ਜਨਾਬ ਇਹਨਾਂ ਇੱਥੋਂ ਅੱਗ ਬਾਲਣੀ ਸ਼ੁਰੂ ਕਰ ਦੇਣੀ ਪਿਛਲਾ ਪੂਰ ਜਿਹੜਾ ਉਸ ਨੂੰ ਤਿਆਰ ਕਰਨ ਵਾਸਤੇ। ਇਹ ਵੇਖੋ ਜੀ ਇਹ ਸਜਣੋ ਰਸ ਜਿਹੜਾ ਉੱਥੇ ਪਿੱਛੇ ਕੱਢਦਾ ਰਿਹਾ ਔਰ ਸਾਫ ਵੀ ਆਉਂਦਾ ਰਿਹਾ, ਇਹ ਜਨਾਬ ਇਹਨਾਂ ਇੱਥੇ ਇਹਦੇ ਵਿੱਚ ਖੋਲ੍ਹ ਦਿੱਤਾ ਜੀ। ਔਰ ਇਹ ਫਿਰ ਤਿਆਰ ਹੋਏਗਾ, ਇਹਨੂੰ ਜਨਾਬ ਇੱਥੇ ਥੋੜ੍ਹਾ ਜਿਹਾ ਲਾ ਲੋ ਕੇ ਸੈੱਟ ਕਰ ਕੁਰ ਕੇ ਫਿਰ ਜਨਾਬ ਇਹ ਰੋੜੀਆਂ ਬਣ ਜਾਣਗੀਆਂ ਇਸ ਤਰ੍ਹਾਂ। ਅਤੇ ਸਜਣੋ ਉਹ ਵੀ ਤੁਹਾਨੂੰ ਵਿਖਾਉਂਦੇ ਹਾਂ ਕਿ ਕਿਵੇਂ ਇਸ ਨੂੰ ਇੱਥੇ ਇਹਨਾਂ ਸੈੱਟ ਕਰਨਾ ਅਤੇ ਕਿਵੇਂ ਇਹਨਾਂ ਜਨਾਬ ਰੋੜੀਆਂ ਬਣਾਉਣੀਆਂ ਨੇ। ਇਹ ਦੇਖ ਲਓ ਇਹ ਤਰੀਕਾਕਾਰ ਹੈ ਜੀ ਇਹਨਾਂ ਦਾ। ਬਾਜੀ ਕੋਈ ਰੰਗ ਸ਼ੰਗ ਨਹੀਂ ਪਾਉਂਦੇ ਉਂਝ ਚਿੱਟਾ? ਅੱਛਾ ਇਹ ਜਿਹੜਾ ਇਹਦਾ ਜੈਨੂਅਨ ਰੰਗ, ਠੀਕ ਹੋ ਗਿਆ। ਮਾਸ਼ਾਅੱਲਾ ਜ਼ਬਰਦਸਤ, ਬਹੁਤ ਆਲਾ ਰੰਗ ਹੈ ਜੀ। ਔਰ ਸਾਦਾ ਗੁੜ ਬਗੈਰ ਮਿਸਾਲਿਆਂ ਤੋਂ ਬਗੈਰ ਕੈਮੀਕਲ ਤੋਂ। ਅੱਛਾ ਮਤਲਬ ਅਗਰ ਕੋਈ ਆਖੇ ਵੀ ਸਾਨੂੰ ਕੋਈ ਰੱਤਾ ਕਾਲਾ ਕਰ ਦਿਓ ਤੇ ਕਰ ਦੇਸੋ? ਅੱਛਾ ਰੰਗ ਅਗਰ ਕਿਸੇ ਦੀ ਫਰਮਾਇਸ਼ ਹੈ ਤੇ ਉਹ ਜਨਾਬ ਰੰਗ ਪਵਾ ਕੇ ਬਣਵਾਉਣਾ ਚਾਹੁੰਦਾ ਤੇ ਉਹ ਵੀ ਜਨਾਬ ਇਹ ਕਹਿੰਦੇ ਨੇ ਕਿ ਅਸੀਂ ਬਣਾ ਦਿਆਂਗੇ। ਇਸ ਟਾਈਮ ਜਨਾਬ ਸ਼ਦੀਦ ਕਿਸਮ ਦਾ ਗਰਮ, ਇਹ ਵੇਖ ਲਓ ਜੀ, ਔਰ ਬਿਲਕੁਲ ਪਾਣੀ ਦੀ ਤਰ੍ਹਾਂ ਮੌਜੂਦ ਹੈ ਇਸ ਟਾਈਮ। ਇਹ ਜਨਾਬ ਕੁਝ ਮਕੈਨਿਕੀ ਮੈਂ ਖੁਦ ਕਰ ਰਿਹਾ ਜੀ, ਇਹ ਵੇਖ ਰਹੇ ਹੋ ਜੀ ਇਸ ਤਰ੍ਹਾਂ ਪੋਜੀਸ਼ਨ ਹੈ ਜੀ ਫਿਲਹਾਲ ਗੁੜ ਦੀ। ਇਸ ਤਰ੍ਹਾਂ ਚੋਰ ਰਿਹਾ ਜੀ ਪਾਣੀ ਦੀ ਤਰ੍ਹਾਂ। ਇਸ ਨੂੰ ਜਨਾਬ ਇਹਨਾਂ ਇੱਥੇ ਅਜੇ ਸੈੱਟ ਵੈੱਟ ਕਰਨਾ ਹੈ ਜੀ। ਇਹ ਜਨਾਬ ਇੱਕ ਜੂਨੀਅਰ ਮਿਸਤਰੀ ਜਿਹੜਾ ਨਾ ਜੀ ਉਹ ਸ਼ੁਰੂ ਹੋ ਗਿਆ ਜੀ ਇਸ ਨੂੰ ਬਣਾਉਣਾ, ਅਤੇ ਇਹ ਰੋਸ਼ੋ ਜਨਾਬ ਉਹਦੇ ਵਿੱਚ ਪਾ ਰਹੇ ਹਨ। ਇਹ ਵੇਖ ਲਓ ਜੀ
ਇਹਦਾਪੁਰ ਨਾ ਹੁਣ ਇਹਨੂੰ ਸ਼ੁਰੂ ਕਰ ਦੇਣਾ। ਇਹ ਸੀਨ ਵੇਖੋ ਜੀ, ਪੰਜਾਬ ਦੇ ਸਰ ਜ਼ਮੀਨ ਦੇ ਵਿੱਚ ਪੰਜਾਬੀ ਰੰਗ ਅਤੇ ਇਹ ਜਨਾਬ ਇਹਦੀ ਸਫਾਈ ਕਿਸ ਤਰ੍ਹਾਂ ਹੁੰਦੀ ਹੈ ਜ਼ਰਾ ਉਹ ਵੇਖ ਲਓ ਸੁਜਣੋ। ਇਹ ਜਨਾਬ ਸਾਡਾ ਮਿਸਤਰੀ ਜਿਹੜਾ ਇਸ ਪੂਰੇ ਸੈਟਅਪ ਦਾ ਸਭ ਤੋਂ ਸੀਨੀਅਰ ਮੋਸਟ ਮਿਸਤਰੀ ਹੈ। ਹਾਂਜੀ, ਅਤੇ ਇਹ ਜਨਾਬ ਇਹ ਹੁਣ ਕੀ ਕਰ ਰਹੇ ਹੋ ਜਨਾਬ? ਇਹ ਸਰ ਤੋਰੀ ਮਾਰ ਰਹੇ ਹਾਂ ਮਹਿਲ ਵਾਸਤੇ, ਤੋਰੀ ਸਫਾਈ ਵਾਸਤੇ। ਤੋਰੀ ਕਹਿੰਦੇ ਹੋ ਇਸ ਨੂੰ? ਜੀ ਤੋਰੀ ਵੀ ਸਿਖਲਾਈ ਜਾਂ ਤੋਰੀ ਕਹਿੰਦੇ ਆ। ਸਿਖਲਾਈ ਜੀ ਹਾਂ, ਅਸੀਂ ਆਪਣੀ ਪੰਜਾਬੀ ਜ਼ਬਾਨ ਵਿੱਚ ਜਟਕੀ ਜ਼ਬਾਨ ਵਿੱਚ ਸਾਰਾ ਅਸੀਂ ਸਿਖਲਾਈ ਕਹਿੰਦੇ ਹਾਂ। ਠੀਕ ਹੈ, ਤੋਰੀ ਵੀ ਕਹਿੰਦੇ ਹਾਂ। ਅੱਛਾ, ਤੋਰੀ ਵੀ ਕਹਿੰਦੇ ਨੇ ਤੇ ਸੁਖਲਾਈ ਵੀ ਕਹਿੰਦੇ ਨੇ ਜੀ। ਇਹ ਕੁਦਰਤੀ ਬੂਟੀ ਹੈ, ਕੁਦਰਤੀ ਜਿਹੜੀ ਬੂਟੀ ਹੈ, ਔਰ ਇਹ ਕਮਾਦ ਦੇ ਵਿੱਚ ਹੀ ਉੱਗਦੀ ਜੀ? ਕਮਾਦ ਦੇ ਵਿੱਚ, ਕਮਾਦ ਤੋਂ ਇਲਾਵਾ ਉੱਗਦੀ ਵੀ ਨਹੀਂ? ਨਹੀਂ ਜੀ। ਮਾਸ਼ਾਅੱਲਾ, ਕੁਦਰਤ ਦੇ ਰੰਗ ਵੇਖ ਲਓ ਸਜਣੋ, ਕਿ ਇਸ ਕਮਾਦ ਦਾ ਗੋੜ ਬਣਾਉਣ ਵਾਸਤੇ ਅੱਲਾਹ ਤਾਲਾ ਨੇ ਕਮਾਦ ਦੇ ਵਿੱਚ ਹੀ ਇੱਕ ਬੂਟੀ ਬਣਾ ਦਿੱਤੀ ਕੁਦਰਤੀ ਤੌਰ 'ਤੇ, ਕਿ ਜਿਸ ਨੂੰ ਜਨਾਬ ਇਸ ਤਰ੍ਹਾਂ ਮਲ ਕੇ ਤੋੜ ਕੇ ਅਤੇ ਕੁੱਟ ਕੇ ਅਤੇ ਮਲ ਕੇ ਅਤੇ ਇਸ ਤਰ੍ਹਾਂ ਜਨਾਬ ਇਹਦੇ ਇਹ ਚੀੜੀ ਹੁੰਦੀ ਜੀ? ਜੀ ਇਹ ਚੀੜੀ ਹੁੰਦੀ ਇਸ ਤਰ੍ਹਾਂ। ਅੱਛਾ, ਇਹ ਮਹਿਲ ਨੂੰ ਇਕੱਠਿਆਂ ਕਰਦੇ? ਇਹ ਮਹਿਲ ਨੂੰ ਇਕੱਠਿਆਂ ਕਰ ਦਿੰਦੀ। ਠੀਕ ਹੋ ਗਿਆ, ਤੁਸੀਂ ਫਿਰ ਛਾਣੀ ਮਾਰ ਕੇ ਚੁੱਕ ਲੈਂਦੇ? ਚੁੱਕ ਲੈਂਦੇ। ਅੱਛਾ, ਇਹਦੀ ਸਫਾਈ ਦਾ ਤੁਹਾਡੇ ਕੋਲ ਸਿਰਫ ਔਰ ਸਿਰਫ ਇਹ ਵਾਹਿਦ ਔਰ ਕੁਦਰਤੀ ਤਰੀਕਾ? ਜੀ ਐਮ ਤਰੀਕਾ ਹੈ, ਕੋਈ ਮਿਸਾਲਾ ਨਹੀਂ ਜਨਾਬ ਅਤੇ ਕੋਈ ਕੈਮੀਕਲ ਨਹੀਂ ਪਾ ਰਹੇ ਤੁਸੀਂ? ਨਾ ਜੀ ਨਾ। ਮਾਸ਼ਾਅੱਲਾ, ਜ਼ਬਰਦਸਤ। ਉਹ ਜੀ ਗੁੜ ਦੱਸ ਰਿਹਾ ਜੀ, ਬਹੁਤ ਪਿਆਰਾ ਜ਼ਾਇਕਾ, ਮੈਂ ਅੱਗੇ ਚੈੱਕ ਕੀਤਾ ਜੀ, ਮਾਸ਼ਾਅੱਲਾ ਜ਼ਬਰਦਸਤ। ਲਓ ਜੀ ਸੁਜਣੋ, ਇਹ ਸਫਾਈ ਹੋ ਰਹੀ,